ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਪਿੰਡ ਸੈਦੋਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਕੀਰਤਨੀ ਜਥਿਆਂ ਅਤੇ ਕਥਾ ਵਾਚਕਾਂ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਹੈੱਡ ਗ੍ਰਾਂਥੀ ਬਲਵਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ, ਅਮਰਜੀਤ ਕੌਰ, ਮੱਖਣ ਸਿੰਘ, ਨੂਰ ਮਹਿਲ, ਜਸਵਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋਗਾ ਸਿੰਘ ਪਾਸਲਾ, ਬਲਵਿੰਦਰ ਸਿੰਘ ਕੰਦੋਲਾ, ਦਰਸ਼ਨ ਸਿੰਘ ਕੋਟੀਆ, ਸੰਤੋਖ ਲਾਲ, ਜਸਪ੍ਰੀਤ ਕੁਮਾਰ, ਜੋਗਿੰਦਰ ਕੁਮਾਰ, ਦਲਜੀਤ ਕੁਮਾਰ, ਬਲਜਿੰਦਰ ਕੁਮਾਰ, ਵਰਿੰਦਰ ਪਾਲ, ਪਰਮਜੀਤ ਕੌਰ, ਰਾਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ ਕਿ ਪਿੰਡ ਸੈਦੋਵਾਲ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ, ਗੁਰਦੁਆਰਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਸਥਾਨਾਂ 'ਤੇ, ਜੋ ਕਿ ਇਹ ਬੜੀ ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ, ਕਿ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਪਹਿਲੇ ਖੰਡ ਪਾਠ ਜਾਪ ਆਰੰਭ ਹੋਏ ਸਨ, ਉਹਨਾਂ ਦੇ ਭੋਗ ਪਏ। ਫਿਰ ਦੁਬਾਰਾ ਨਗਰ ਦੀ ਸੁੱਖ ਸ਼ਾਂਤੀ ਅਤੇ ਆਪਸੀ ਭਾਈਚਾਰੇ ਲਈ ਅਖੰਡ ਜਾਪ ਆਰੰਭ ਕਰਵਾਏ ਗਏ, ਉਹਨਾਂ ਦੇ ਭੋਗ ਪਾਏ ਗਏ ਹਨ ਅੱਜ। ਸੋ ਸਾਰੀ ਹੀ ਸੰਗਤ ਨੇ ਬੜਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ, ਲੰਗਰਾਂ ਦੀ ਸੇਵਾ, ਮਾਇਆ ਦੀ ਸੇਵਾ, ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਹੋਰ ਦੂਸਰੇ ਨਗਰਾਂ ਤੋਂ ਵੀ ਸੰਗਤਾਂ ਸਹਿਯੋਗ ਦੇ ਰਹੀਆਂ ਹਨ। ਅੱਜ ਵੀ ਜਗਿਆਸੂ ਕਿਸੇ ਵੱਲੋਂ ਅਖੰਡ ਜਾਪ ਦੀ ਆਰੰਭਤਾ ਕਰਵਾਈ ਗਈ ਹੈ, ਆਪਣੇ ਪਰਿਵਾਰ ਦੀ ਤੰਦਰੁਸਤੀ ਲਈ, ਮੁਹੱਲੇ ਦੀ ਤੰਦਰੁਸਤੀ, ਚੜ੍ਹਦੀ ਕਲਾ ਲਈ ਅਤੇ ਨਗਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਕਿਸੇ ਗੁਰਮੁਖ ਪਿਆਰੇ ਨੇ ਅਖੰਡ ਜਾਪ ਆਰੰਭ ਕਰਾਏ ਹਨ, ਜਿਨ੍ਹਾਂ ਦੇ ਭੋਗ ਪਰਸੋਂ ਨੂੰ ਪਾਏ ਜਾਣਗੇ। ਆਪ ਸਾਰੇ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਮਹਾਂਕੁੰਭ ਵਿੱਚ ਆਪਣਾ ਹਿੱਸਾ ਪਾਓ, ਜੋ ਕਿ ਗੁਰਬਾਣੀ ਦੇ ਮਹਾਨ ਪਵਿੱਤਰ ਸਥਾਨਾਂ, ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਦੇ ਮਹਾਂਪਵਿੱਤਰ ਸਥਾਨਾਂ 'ਤੇ, ਜੋ ਕਿ ਇਹ ਬਾਣੀ ਦੇ ਅਥਾਹ ਪ੍ਰਵਾਹ ਚੱਲ ਰਹੇ ਹਨ, ਗੁਰੂ ਕੇ ਲੰਗਰ ਚੱਲ ਰਹੇ ਹਨ, ਉਹਨਾਂ ਵਿੱਚ ਤਨ ਮਨ ਧਨ ਨਾਲ ਸੇਵਾ ਕਰੋ, ਹਾਜ਼ਰੀਆਂ ਲਵਾਓ ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣ, ਨਗਰ ਦੀ ਸੁੱਖ ਸ਼ਾਂਤੀ ਹੋ ਜਾਵੇ ਅਤੇ ਸਾਰਾ ਹੀ ਨਗਰ ਚੜ੍ਹਦੀ ਕਲਾ ਵਿੱਚ ਆਵੇ, ਬਾਣੀ ਅਤੇ ਬਾਣੇ ਦੇ ਧਾਰਨੀ ਬਣੋ, ਗੁਰੂ ਦਾ ਉਪਦੇਸ਼ ਮੰਨੋ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲੋ। ਏਕ ਪਿਤਾ ਏਕ ਸਿੱਖ ਹਮ ਬਾਰਕ, ਤੂੰ ਮੇਰਾ ਗੁਰਹਾਈ, ਇਸ ਤਰ੍ਹਾਂ ਕਿਰਪਾ ਹੋ ਜਾਵੇ। ਇਹ ਅਰਦਾਸ ਬੇਨਤੀ ਆਪਾਂ ਸਾਰੀ ਸੰਗਤ ਨੇ ਮਿਲ ਕਰਕੇ ਕਰਨੀ ਹੈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।